ਚੰਡੀਗੜ੍ਹ ਦੇ ਵਿੱਚ ਹੋਲੀ ਦੀ ਪ੍ਰਿਪਰੇਸ਼ਨ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਨਾਕੇ ਲਾਉਂਦੀ ਨਜ਼ਰ ਆ ਰਹੀ ਹੈ। ਲਾਅ ਐਂਡ ਆਰਡਰ ਦੀ ਸਿਚੁਏਸ਼ਨ ਅਤੇ ਨਾਲ ਦੇ ਨਾਲ ਹਾਲਾਂਕਿ ਕੋਡ ਆਫ ਕੰਡਕਟ ਵੀ ਲੱਗਿਆ ਹੋਇਆ, ਕਿਸੇ ਤਰ੍ਹਾਂ ਦੀ ਕੋਈ ਇਲੀਗਲ ਤਸਕਰੀ ਨਾ ਹੋਵੇ, ਉਹਦੇ ਮੱਦੇਨਜ਼ਰ ਵੀ ਵੱਖ ਵੱਖ ਏਰੀਆ ਦੇ ਵਿੱਚ ਨਾਕੇ ਲਾਏ ਜਾ ਰਹੇ ਨੇ। ਚੰਡੀਗੜ੍ਹ ਦੇ ਰਿਹਾਇਸ਼ੀ ਏਰੀਆ ਦੀ ਅਸੀਂ ਗੱਲ ਕਰ ਲਈਏ, ਬਾਰਡਰਸ ਏਰੀਆ ਦੀ ਅਸੀਂ ਗੱਲ ਕਰ ਲਈਏ, ਖਾਸ ਤੌਰ 'ਤੇ ਨਾਕੇ ਜਿਹੜੇ ਹੈ ਉਹ ਪੁਲਿਸ ਵੱਲੋਂ ਲਾਏ ਗਏ ਨੇ। ਇੱਕ ਇੱਕ ਪਾਰਟੀਕੁਲਰ ਗੱਡੀ ਨੂੰ ਰੋਕ ਕੇ ਚੈੱਕ ਕੀਤਾ ਜਾ ਰਿਹਾ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ, ਕਿਉਂਕਿ ਡਰੱਗ ਤਸਕਰੀ ਹੋਵੇ ਜਾਂ ਕਈ ਜਿਹੜੇ ਇਹਦੇ ਵਿੱਚ ਸਾਰੀ ਚੀਜ਼ਾਂ ਨੂੰ ਲੈ ਕੇ ਪੂਰਾ ਚੈੱਕ ਕੀਤਾ ਜਾ ਰਿਹਾ। ਸੀਨੀਅਰ ਆਫਿਸਰ ਦੀ ਸੁਪਰਵਿਜ਼ਨ ਦੇ ਵਿੱਚ ਇਹ ਸਾਰੀ ਚੈਕਿੰਗ ਕੀਤੀ ਜਾ ਰਹੀ, ਖਾਸ ਤੌਰ 'ਤੇ ਟੂ ਵੀਲਰਸ 'ਤੇ ਜਾਂ ਬਾਹਰ ਦੀ ਜਿਹੜੀ ਗੱਡੀਆਂ ਨੇ, ਸਸਪੈਕਟ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ, ਪੂਰਾ ਜਿਹੜਾ ਚੈਕਿੰਗ ਕੀਤਾ ਜਾ ਰਿਹਾ ਸਿੱਧੇ ਨਾਲ ਸੀਨੀਅਰ ਆਫਿਸਰ ਨੇ। ਡਿਪਟੀ ਸਾਹਿਬ, ਕਿਉਂਕਿ ਹੋਲੀ ਦੀ ਪ੍ਰਿਪਰੇਸ਼ਨ ਵੀ ਹੈਗਾ ਅਤੇ ਨਾਲ ਦੇ ਨਾਲ ਇਲੈਕਸ਼ਨ ਦੇ ਟਾਈਮ ਜਿਹੜੀ ਵੀ ਤਸਕਰੀ ਹੁੰਦੀ ਹੈ ਉਹਦੇ ਮੱਦੇਨਜ਼ਰ ਕਿਸ ਤਰ੍ਹਾਂ ਦੀ ਤਿਆਰੀ? ਸੀਨੀਅਰ ਅਫਸਰਾਂ ਦੇ ਹੁਕਮ ਦੇ ਮੁਤਾਬਕ ਹੋਲੀ ਦੇ ਪਵਿੱਤਰ ਤਿਉਹਾਰ 'ਤੇ ਇਹ ਨਾਕੇ ਲਾਏ ਗਏ, ਨਾਲ ਹੀ ਇਲੈਕਸ਼ਨ ਵੀ ਹੈ, ਤੁਹਾਨੂੰ ਪਤਾ ਕੋਡ ਆਫ ਕੰਡਕਟ ਲੱਗਿਆ ਹੋਇਆ। ਬਿਲਕੁਲ। ਤੀਸਰਾ, ਜਿਹੜਾ ਸੰਗਰੂਰ 'ਚ ਜਿਹੜਾ ਹਾਦਸਾ ਹੋਇਆ ਉਹਨੂੰ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਨਾਕਾ ਲਾਇਆ, ਕਿਸੇ ਕਿਸਮ ਦੀ ਕੋਈ ਇਲੀਗਲ ਐਕਟੀਵਿਟੀ ਨਾ ਹੋਏ ਅਤੇ ਉਹਦੇ 'ਚ ਸ਼ਰਾਬ ਹੋ ਗਈ, NDPS ਹੋ ਗਿਆ ਜਾਂ ਹੋਰ ਵੀ ਕਿਸੇ ਕਿਸਮ ਦਾ ਕੋਈ ਕੈਸ਼ ਲੈ ਕੇ ਜਾ ਰਿਹਾ ਇਲੈਕਸ਼ਨ ਦੇ ਸੰਬੰਧ 'ਚ, ਇਲੀਗਲ ਕੈਸ਼ ਹੈ ਕਿਸੇ ਕੋਲ, ਹਰ ਕਿਸਮ ਦੀ ਚੈਕਿੰਗ ਕਰ ਰਹੇ ਸਰ। ਕਿਉਂਕਿ ਰਿਹਾਇਸ਼ੀ ਏਰੀਆ ਦੇ ਨਾਲ ਨਾਲ ਖਾਸ ਤੌਰ 'ਤੇ ਬਾਰਡਰਸ ਏਰੀਆ, ਤੁਹਾਡੇ ਏਰੀਆ 'ਚ ਬਾਰਡਰਸ ਏਰੀਆ ਵੀ ਪੈਂਦਾ ਹੈ, ਪੰਜਾਬ ਦੇ ਨਾਲ ਹਿਮਾਚਲ, ਹਰਿਆਣਾ, ਇਹ ਸਾਰੀ ਚੀਜ਼ਾਂ ਕਿਸ ਤਰ੍ਹਾਂ ਕੋਆਰਡੀਨੇਸ਼ਨ ਕੀਤਾ ਜਾਵੇ? ਬਾਰਡਰ ਏਰੀਆਸ 'ਤੇ ਅਲੱਗ ਤੋਂ ਨਾਕੇ ਲਾਏ ਹੋਏ ਆ, ਇਹ ਇੰਟਰਨਲ ਨਾਕੇ ਨੇ, ਇਹ ਅੱਜ ਹੋਲੀ ਦੇ ਪਵਿੱਤਰ ਤਿਉਹਾਰ ਦੇ ਸੰਬੰਧ 'ਚ ਨਾਕੇ ਲੱਗੇ ਹੋਏ ਆ, ਬਾਰਡਰ 'ਤੇ ਅਲੱਗ ਨਾਕੇ ਆ ਜਿਹੜੇ। ਡਿਵੀਜ਼ਨ 'ਚ ਕਿੰਨੇ ਕਿੰਨੇ ਨਾਕੇ ਜਿਹੜੇ ਹੈਗੇ ਲਾਏ ਗਏ ਨੇ, ਕਿੰਨੇ ਟੋਟਲ ਪੁਲਿਸ ਮੁਲਾਜ਼ਮ ਲਾਏ? ਸਾਡੀ ਡਿਵੀਜ਼ਨ ਦੇ ਵਿੱਚ 14 ਨਾਕੇ ਆ, 6 ਜਿਹੜੇ ਆ ਉਹ 34 ਥਾਣੇ 'ਚ ਹੈ, 4 31 'ਚ ਹੈ, 4 49 'ਚ ਹੈ, ਠੀਕ ਹੈ, 16 ਅਤੇ ਉੱਤੇ ਕੋਈ 80 ਦੇ ਕਰੀਬ ਮੁਲਾਜ਼ਮ ਨੇ, ਠੀਕ ਹੈ। ਅਤੇ ਸਰ ਇਹ ਟੋਟਲੀ ਪੂਰਾ ਦਿਨ ਹੀ ਨਾਕੇ ਲੱਗ ਰਹੇ, ਕਿਸ ਤਰ੍ਹਾਂ ਰੈਂਡਮ ਜਿਹੜੀ ਹੈਗੀ ਹੈ ਚੈਕਿੰਗ? ਨਹੀਂ, ਫਿਲਹਾਲ ਸੀਨੀਅਰ ਅਫਸਰਾਂ ਦੇ ਮੁਤਾਬਕ 8 ਤੋਂ 4 ਵਜੇ ਤੱਕ ਹੈ, ਲੇਕਿਨ ਜਿਵੇਂ ਸੀਨੀਅਰ ਅਫਸਰਾਂ ਦੇ ਆਰਡਰ ਹੋਏ ਫਿਰ ਇਹਨੂੰ ਕੰਟੀਨਿਊ ਕਰਨਾ ਹੋਇਆ ਤਾਂ ਕੰਟੀਨਿਊ ਕਰਾਂਗੇ। ਖਾਸ ਤੌਰ 'ਤੇ ਕਿਹੜੀ ਗੱਡੀਆਂ ਜਿਹੜੀ ਹੈਗੀ, ਸਸਪੈਕਟ ਗੱਡੀਆਂ ਜਾਂ ਫਿਰ ਮੋਟਰਸਾਈਕਲ, ਟੂ ਵੀਲਰ, ਸਾਰੇ ਚੈੱਕ ਕੀਤੇ ਜਾ ਰਹੇ ਨੇ? ਸਾਡੇ ਅੰਦਾਜ਼ ਨਾਲ ਤਾਂ ਹਰ ਗੱਡੀ ਸਸਪੈਕਟ ਹੁੰਦੀ ਹੈ, ਚੈੱਕ ਕਰਨ ਤੋਂ ਬਾਅਦ ਹੀ ਪਤਾ ਲੱਗਦਾ ਵੀ ਸਸਪੈਕਟ ਨਹੀਂ ਹੈ, ਠੀਕ ਹੈ, ਅਦਰਵਾਈਜ਼ ਤਾਂ ਹਰ ਗੱਡੀ ਸਸਪੈਕਟ ਹੈ। ਕਿਉਂਕਿ ਸਰ ਇਲੈਕਸ਼ਨ ਦਾ ਸਮਾਂ ਹੈ, ਜਿਹਦਾ ਤੁਸੀਂ ਵੀ ਜ਼ਿਕਰ ਕੀਤਾ, ਕੋਈ ਤਸਕਰੀ, ਸ਼ਰਾਬ ਤਸਕਰੀ ਜਾਂ ਡਰੱਗ ਤਸਕਰੀ ਉਹਦੇ ਮੱਦੇਨਜ਼ਰ ਵੀ? ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਹਰ ਕਿਸਮ ਦਾ ਕੋਈ ਵੀ ਜਿਹੜਾ ਇਲੀਗਲ ਐਕਟੀਵਿਟੀ ਹੈ ਉਹ ਕਿਸੇ ਵੀ ਤਰ੍ਹਾਂ ਦੀ ਹੋਏ, ਹਰ ਕਿਸਮ ਦੀ ਇਲੀਗਲ ਐਕਟੀਵਿਟੀ ਨੂੰ ਚੈੱਕ ਕੀਤਾ ਜਾ ਰਿਹਾ, ਠੀਕ ਹੈ। ਤੇ ਬਿਲਕੁਲ ਪੂਰੇ ਇੰਟਰਨਲੀ ਇਲਾਕੇ, ਜਿੱਦਾਂ ਸਰ ਨੇ ਵੀ ਕਿਹਾ ਕਿ ਪੂਰਾ ਇੰਟਰਨਲੀ ਇਲਾਕੇ ਜਿਹੜੇ ਹੈ ਉਹ ਲਾਏ ਗਏ ਨੇ, ਖਾਸ ਤੌਰ 'ਤੇ ਜਿਹੜੇ ਰਿਹਾਇਸ਼ੀ ਏਰੀਆ ਹੈ ਜਾਂ ਫਿਰ ਬਾਰਡਰਸ ਏਰੀਆ ਹੈ ਉੱਥੇ ਵੀ ਪੂਰਾ ਚੈਕਿੰਗ ਕੀਤੀ ਜਾ ਰਹੀ ਹੈ। ਜਿਹੜੀ ਵੀ ਗੱਡੀਆਂ ਨੇ ਬਾਹਰ ਦੀ, ਹੋਰ ਜਿਹੜੇ ਲੋਕ ਨੇ ਟੂ ਵੀਲਰਸ 'ਤੇ ਕੋਈ ਵੀ ਸਮਾਨ ਲੈ ਕੇ ਆ ਰਹੇ ਹੈ, ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਔਰ ਖਾਸ ਤੌਰ 'ਤੇ ਕਿਉਂਕਿ ਹੋਲੀ ਦਾ ਵੀ ਤਿਉਹਾਰ ਹੈ, ਉਹਦੇ ਮੱਦੇਨਜ਼ਰ ਵੀ ਸਿਕਿਉਰਿਟੀ ਵਧਾਈ ਗਈ ਹੈ, ਲਾਅ ਐਂਡ ਆਰਡਰ ਦਾ ਧਿਆਨ ਰੱਖਿਆ ਗਿਆ। ਦੂਜੇ ਪਾਸੇ ਇਲੈਕਸ਼ਨਸ ਨੂੰ ਲੈ ਕੇ ਵੀ ਖਾਸ ਤੌਰ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਤਸਕਰੀ ਤਾਂ ਨਹੀਂ ਹੋ ਰਹੀ, ਕੋਈ ਸ਼ਰਾਬ ਤਸਕਰੀ ਤਾਂ ਨਹੀਂ ਹੋ ਰਹੀ, ਇਹ ਸਾਰੀ ਚੀਜ਼ਾਂ ਦੇ ਮੱਦੇਨਜ਼ਰ ਪੂਰੇ ਇੰਟਰਨਲਸ ਜਿਹੜੇ ਨਾਕੇ ਨੇ ਉਹ ਲਾਏ ਗਏ ਨੇ। ਤੁਹਾਨੂੰ ਦੱਸ ਦਈਏ ਕਿ ਕੰਟੀਨਿਊ ਸੀਨੀਅਰ ਅਫਸਰਾਂ ਦੀ ਹਿਦਾਇਤਾਂ ਤੋਂ ਬਾਅਦ ਕੰਟੀਨਿਊ ਵੱਖ ਵੱਖ ਏਰੀਆ ਦੇ ਇੰਟਰਨਲੀ ਫਲੈਗ ਮਾਸ ਜਿਹੜੇ ਹੈ ਉਹ ਵੀ ਕੱਢੇ ਜਾ ਰਹੇ ਨੇ, ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ, ਕੋਈ ਵੀ ਲੋਡਿੰਗ ਗੱਡੀ ਹੋਵੇ ਉਹਦਾ ਵੀ ਧਿਆਨ ਰੱਖਿਆ ਜਾ ਰਿਹਾ ਕਿ ਕਿਹੜੀ ਗੱਡੀ 'ਚ ਕਿਸ ਤਰ੍ਹਾਂ ਦੀ ਸਪਲਾਈ ਹੋ ਰਹੀ ਹੈ ਜਾਂ ਫਿਰ ਕੋਈ ਟੈਕਸੀ ਨੰਬਰ ਹੈ ਜਾਂ ਫਿਰ ਕੋਈ ਬਾਹਰ ਦੀ ਗੱਡੀ ਨੰਬਰ ਹੈ, ਇਹ ਸਾਰੀ ਚੀਜ਼ਾਂ ਨੂੰ ਪੁਆਇੰਟ ਟੂ ਪੁਆਇੰਟ ਚੈੱਕ ਕੀਤਾ ਜਾ ਰਿਹਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਸ਼ਰਾਰਤੀ ਅਨਸਰ ਜਿਹੜਾ ਹੈਗਾ ਕੋਈ ਵਾਰਦਾਤ ਨੂੰ ਅੰਜਾਮ ਦੇ ਜਾਂ ਕਿਸੇ ਤਰ੍ਹਾਂ ਦੀ ਕੋਈ ਤਸਕਰੀ ਨਾ। ਚੰਡੀਗੜ੍ਹ ਤੋਂ ਕੈਮਰਾਮੈਨ ਸਨਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18।